ਜੇਕਰ ਤੁਸੀਂ ਵੀ ਕਿਸੇ ਢਾਬੇ ਦੇ ਉੱਤੇ ਰੋਟੀ ਖਾਣ ਦੇ ਲਈ ਰੁਕੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਵੀ ਬਹੁਤ ਅਹਿਮ ਹੈ, ਕਿਉਂਕਿ ਕਿਤੇ ਤੁਹਾਡਾ ਵੀ ਵੱਡਾ ਨੁਕਸਾਨ ਨਾ ਹੋ ਜਾਵੇ। ਦੱਸ ਦਈਏ ਕਿ ਇੱਕ ਵਿਅਕਤੀ ਜਦੋਂ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਢਾਬੇ 'ਤੇ ਰੋਟੀ ਖਾਣ ਦੇ ਲਈ ਆਇਆ ਤਾਂ ਉਸਦੀ ਕਾਰ ਦਾ ਸ਼ੀਸ਼ਾ ਤੋੜ ਕੇ ਉਸਦੇ ਵਿੱਚੋਂ 50,000 ਰੁਪਏ ਅਤੇ ਇੱਕ ਸੋਨੇ ਦੀ ਚੈਨ ਲੈ ਕੇ ਚੋਰ ਫਰਾਰ ਹੋ ਗਿਆ। ਦਰਅਸਲ ਸਾਰੀ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ ਤਾਂ ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਫੋਨ ਦੇ ਉੱਤੇ ਗੱਲਾਂ ਕਰਦਾ ਨਜ਼ਰ ਆ ਰਿਹਾ। ਹਾਲਾਂਕਿ ਇਹ ਸ਼ਖਸ ਨਹੀਂ, ਇਸਨੂੰ ਆਪਾਂ ਚੋਰ ਵੀ ਕਹਿ ਸਕਦੇ ਹਾਂ, ਕਿਉਂਕਿ ਇਸ ਵਿਅਕਤੀ ਦੇ ਵੱਲੋਂ ਹੀ ਕਾਰ ਦੇ ਵਿੱਚੋਂ ਚੋਰੀ ਕੀਤੀ ਗਈ ਹੈ। ਪਹਿਲਾਂ ਤਾਂ ਇਸ ਦੇ ਵੱਲੋਂ ਫੋਨ ਦੇ ਉੱਤੇ ਗੱਲ ਕਰਨ ਦਾ ਦਿਖਾਵਾ ਕੀਤਾ ਜਾਂਦਾ ਹੈ, ਪਰ ਜਿਵੇਂ ਹੀ ਸਫੇਦ ਰੰਗ ਦੀ ਕਾਰ ਦੇ ਵਿੱਚੋਂ ਉਸਦਾ ਕਾਰ ਸਵਾਰ ਨਿਕਲ ਕੇ ਆਪਣੇ ਦੋਸਤ ਨਾਲ ਬਾਹਰ ਜਾਂਦਾ ਹੈ, ਗੱਡੀ ਨੂੰ ਲੋਕ ਕਰਕੇ ਜਾਂਦਾ ਹੈ, ਤਾਂ ਪਿੱਛੋਂ ਤੇ ਆਇਆ ਇਹ ਫੋਨ 'ਤੇ ਲੱਗਿਆ ਹੋਇਆ ਸ਼ਖਸ ਕਾਰ ਦਾ ਸ਼ੀਸ਼ਾ ਤੋੜ ਦਿੰਦਾ ਹੈ। ਚੋਰੀ ਤੋਂ ਪਹਿਲਾਂ ਇਸਨੇ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਹੱਥਾਂ 'ਤੇ ਗਲਵਜ਼ ਵੀ ਪਾਏ। ਗਲਵਜ਼ ਪਾ ਕੇ ਇਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਕੋਈ ਫਿੰਗਰ ਪ੍ਰਿੰਟ ਵੀ ਇਸਦਾ ਨਾ ਲੈ ਸਕੇ। ਤਾਂ ਦੱਸ ਦਈਏ ਕਿ ਇਸਨੇ ਕਾਰ ਦੇ ਪਿਛਲੇ ਪਾਸੇ ਸ਼ੀਸ਼ਾ ਤੋੜਿਆ ਅਤੇ ਉਸਦੇ ਵਿੱਚੋਂ ਜੋ ਪੈਸਿਆਂ ਦੇ ਨਾਲ ਭਰਿਆ ਹੋਇਆ ਬੈਗ ਸੀ ਅਤੇ ਸੋਨੇ ਦੀ ਚੈਨ ਸੀ ਉਸਦੇ ਵਿੱਚ, ਇਹ ਲੈ ਕੇ ਫਰਾਰ ਹੋ ਗਿਆ। ਤਾਂ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ ਢਾਬੇ ਦੇ ਉੱਤੇ ਰੋਟੀ ਖਾਣੀ ਇਸ ਕਾਰ ਚਾਲਕ ਨੂੰ ਮਹਿੰਗੀ ਪੈ ਗਈ। 50,000 ਰੁਪਏ ਅਤੇ ਇੱਕ ਸੋਨੇ ਦੀ ਚੈਨ ਇਸਦੀ ਚੋਰੀ ਹੋ ਗਈ। ਗੱਡੀ ਦਾ ਸ਼ੀਸ਼ਾ ਤੋੜ ਕੇ ਇੱਕ ਸ਼ਖਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਪੂਰੀ ਘਟਨਾ CCTV ਦੇ ਵਿੱਚ ਵੀ ਕੈਦ ਹੋ ਗਈ ਹੈ। ਜੇਕਰ ਤੁਸੀਂ ਵੀ ਕਿਸੇ ਢਾਬੇ ਦੇ ਉੱਤੇ ਰੋਟੀ ਖਾਣ ਦੇ ਲਈ ਰੁਕੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਵੀ ਬਹੁਤ ਅਹਿਮ ਹੈ, ਕਿਉਂਕਿ ਕਿਤੇ ਤੁਹਾਡਾ ਵੀ ਵੱਡਾ ਨੁਕਸਾਨ ਨਾ ਹੋ ਜਾਵੇ। ਦੱਸ ਦਈਏ ਕਿ ਇੱਕ ਵਿਅਕਤੀ ਜਦੋਂ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਢਾਬੇ 'ਤੇ ਰੋਟੀ ਖਾਣ ਦੇ ਲਈ ਆਇਆ ਤਾਂ ਉਸਦੀ ਕਾਰ ਦਾ ਸ਼ੀਸ਼ਾ ਤੋੜ ਕੇ ਉਸਦੇ ਵਿੱਚੋਂ 50,000 ਰੁਪਏ ਅਤੇ ਇੱਕ ਸੋਨੇ ਦੀ ਚੈਨ ਲੈ ਕੇ ਚੋਰ ਫਰਾਰ ਹੋ ਗਿਆ। ਦਰਅਸਲ ਸਾਰੀ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ ਤਾਂ ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਫੋਨ ਦੇ ਉੱਤੇ ਗੱਲਾਂ ਕਰਦਾ ਨਜ਼ਰ ਆ ਰਿਹਾ। ਹਾਲਾਂਕਿ ਇਹ ਸ਼ਖਸ ਨਹੀਂ, ਇਸਨੂੰ ਆਪਾਂ ਚੋਰ ਵੀ ਕਹਿ ਸਕਦੇ ਹਾਂ, ਕਿਉਂਕਿ ਇਸ ਵਿਅਕਤੀ ਦੇ ਵੱਲੋਂ ਹੀ ਕਾਰ ਦੇ ਵਿੱਚੋਂ ਚੋਰੀ ਕੀਤੀ ਗਈ ਹੈ। ਪਹਿਲਾਂ ਤਾਂ ਇਸ ਦੇ ਵੱਲੋਂ ਫੋਨ ਦੇ ਉੱਤੇ ਗੱਲ ਕਰਨ ਦਾ ਦਿਖਾਵਾ ਕੀਤਾ ਜਾਂਦਾ ਹੈ, ਪਰ ਜਿਵੇਂ ਹੀ ਸਫੇਦ ਰੰਗ ਦੀ ਕਾਰ ਦੇ ਵਿੱਚੋਂ ਉਸਦਾ ਕਾਰ ਸਵਾਰ ਨਿਕਲ ਕੇ ਆਪਣੇ ਦੋਸਤ ਨਾਲ ਬਾਹਰ ਜਾਂਦਾ ਹੈ, ਗੱਡੀ ਨੂੰ ਲੋਕ ਕਰਕੇ ਜਾਂਦਾ ਹੈ, ਤਾਂ ਪਿੱਛੋਂ ਤੇ ਆਇਆ ਇਹ ਫੋਨ 'ਤੇ ਲੱਗਿਆ ਹੋਇਆ ਸ਼ਖਸ ਕਾਰ ਦਾ ਸ਼ੀਸ਼ਾ ਤੋੜ ਦਿੰਦਾ ਹੈ। ਚੋਰੀ ਤੋਂ ਪਹਿਲਾਂ ਇਸਨੇ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਹੱਥਾਂ 'ਤੇ ਗਲਵਜ਼ ਵੀ ਪਾਏ। ਗਲਵਜ਼ ਪਾ ਕੇ ਇਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਕੋਈ ਫਿੰਗਰ ਪ੍ਰਿੰਟ ਵੀ ਇਸਦਾ ਨਾ ਲੈ ਸਕੇ। ਤਾਂ ਦੱਸ ਦਈਏ ਕਿ ਇਸਨੇ ਕਾਰ ਦੇ ਪਿਛਲੇ ਪਾਸੇ ਸ਼ੀਸ਼ਾ ਤੋੜਿਆ ਅਤੇ ਉਸਦੇ ਵਿੱਚੋਂ ਜੋ ਪੈਸਿਆਂ ਦੇ ਨਾਲ ਭਰਿਆ ਹੋਇਆ ਬੈਗ ਸੀ ਅਤੇ ਸੋਨੇ ਦੀ ਚੈਨ ਸੀ ਉਸਦੇ ਵਿੱਚ, ਇਹ ਲੈ ਕੇ ਫਰਾਰ ਹੋ ਗਿਆ। ਤਾਂ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ ਢਾਬੇ ਦੇ ਉੱਤੇ ਰੋਟੀ ਖਾਣੀ ਇਸ ਕਾਰ ਚਾਲਕ ਨੂੰ ਮਹਿੰਗੀ ਪੈ ਗਈ। 50,000 ਰੁਪਏ ਅਤੇ ਇੱਕ ਸੋਨੇ ਦੀ ਚੈਨ ਇਸਦੀ ਚੋਰੀ ਹੋ ਗਈ। ਗੱਡੀ ਦਾ ਸ਼ੀਸ਼ਾ ਤੋੜ ਕੇ ਇੱਕ ਸ਼ਖਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਪੂਰੀ ਘਟਨਾ CCTV ਦੇ ਵਿੱਚ ਵੀ ਕੈਦ ਹੋ ਗਈ ਹੈ।